ਹੈਲੋ ਫਰੈਂਡਸ ਇੱਕ ਵਾਰੀ ਫੇਰ ਤੁਹਾਨੂੰ ਕਾਮੇਡੀ ਐਂਟਰਟੇਨਮੈਂਟ ਤੇ ਚੰਗੀ ਸਟੋਰੀ ਦਾ ਮਜ਼ਾ ਦੇਣ ਲਈ ਮਸਟ ਅਵੇਟਡ ਮੂਵੀ ਜਟ ਐਂਡ ਜੂਲੀਅਟ 3 ਆ ਚੁੱਕੀ ਹੈ ਤੇ ਨਾਲੇ ਦਲਜੀਤ ਦੋਸਾਨ ਤੇ ਨੀਰੂਦੀ ਮਜ਼ੇਦਾਰ ਕੇਮਿਸਟਰੀ ਇੱਕ ਚੰਗੀ ਕਾਮੇਡੀ ਦੇ ਨਾਲ ਇੱਕ ਮੈਸੇਜ ਵੀ ਚੰਗੀ ਤਰ੍ਹਾਂ ਕਨਵੇ ਕਰ ਦਿੰਦੀ ਨੇ ਤਾਂ ਜੀ ਸਟੋਰੀ ਇਹ ਪੰਜਾਬ ਪੁਲਿਸ ਦਾ ਮੁਲਾਜ਼ਮ ਫਤੇ ਸਿੰਘ ਯਾਨੀ ਦਲਜੀਤ ਦੋਸਾਨ اپنی سینئر یعنی পূজা نیرੂ बाजवा ਦੇ ਨਾਲ ਵਿਆਹ ਕਰਕੇ ਅਮੀਰ ਬਣਨਾ ਚਾਹੁੰਦਾ ਹੈ ਪਰ ਜਲਦੀ ਉਸ ਨੂੰ ਲੱਗਦਾ ਹੈ ਕਿ পূজা ਉਸ ਦੇ ਅਮੀਰ ਬਣਨ ਦੇ ਰਾਸਤੇ ਵਿੱਚ ਅੜੰਗਾ ਹੈ ਕਿਉਂਕਿ পূজা ਕ腐ਸ਼ਨ ਦੇ ਖਿਲਾਫ ਹੈ ਤੇ ਹੁਣ ਜੀ ਫਤਿਹ ਦੇ পূজা ਨੂੰ ਇੱਕ ਮਿਸ਼ਨ ਲਈ ਇੰਗਲੈਂਡ ਭੇਜ دیا ਜਾਂਦਾ ਹੈ ਜਿੱਥੇ ਡੇਜੀ یعنی ਜੈਸਮੀਨ ਬਾਜਵਾਦੀ ਐਂਟਰੀ ਹੁੰਦੀ ਹੈ ਤੇ ਉਹ ਇਹਨਾਂ ਦੁਆں ਦੇ ਵਿੱਚ ਆ ਜਾਂਦੀ ਹੈ ਪਰ ਦਰਅਸਲ ਦੇਜੀ ਦਾ ਇੱਕ ਪਾਸਟ ਵੀ ਹੈ ਤੇ ਫੇਰ ਕੀ ਪੂਜਾ ਤੇ ਫਤਿਹ ਆਪਣਾ ਮਿਸ਼ਨ ਪੂਰਾ ਕਰ ਪਾਉਂਦੇ ਨੇ ਤੇ ਇਹ ਇਹ ਦੇਜੀ ਦਾ ਚੱਕਰ ਕੀ ਹੈ ਇਹ ਜਾਣਨ ਲਈ ਤੁਹਾਨੂੰ ਇਹ ਮੂਵੀ ਵੇਖਣੀ ਪਊ ਮੂਵੀ ਦੇ ਰਾਈਟਰ ਡਾਇਰੈਕਟਰ ਜਗਦੀਪ ਸੱਧੂ ਨੇ ਤੇ ਇਸ ਮੂਵੀ ਵਿੱਚ ਕਾਮੇਡੀ ਭਲੇ ਹੀ ਪਹਿਲੇ ਦੋਹਾਂ ਪਾਰਟ ਜਿੰਨੀ ਇਫੈਕਟਿਵ ਨਹੀਂ ਹੈ ਪਰ ਸਟੋਰੀ ਤੇ ਪੰਜ ਲਾਈਨਾਂ ਚੰਗੀਆਂ ਨੇ ਤੇ ਨਾਲੇ سوشل میڈیا ਵਾਲੇ ਦਰਸ਼ਕਾਂ ਲਈ ਚੰਗਾ ਐਂਟਰਟੇਨਮੈਂਟ ਹੈ মুਵੀ ਵਿੱਚ ਬੰਨੀ ਦਾ 뮤זיਕੇ ਤੇ 뮤זיਕ ਪੰਜਾਬੀ মুਵੀ ਦਾ ਜਾਨ ਹੁੰਦਾ ਹੈ ਤੇ ਇਸ মুਵੀ ਦਾ 뮤זיਕ ਵੀ ਚੰਗਾ ਹੈ ਹਾਈ ਜੁਲੀਟ ਲਹंगा ਜੱਟੀ ਪੰਜਾਬ ਦੀ ਚੰਗੇ ਗਾਣੇ ਨੇ ਤੇ ਬੈਕਗਰਾਉਂਡ 뮤זיਕ মুਵੀ ਨੂੰ ਚੰਗਾ ਸਪੋਰਟ ਦੇ ਦਿੰਦਾ ਹੈ ਵਿਨੀਤ ਮਲੋਤਰਾ ਦੀ सिनेਮਟੋਗ੍ਰਾਫੀ ਵੀ ਬਹੁਤ ਵਧੀਆ ਹੈ ਮਨੀਸ਼ ਮੋਰੇ ਦੀ ਐਡੀਟਿੰਗ ਥੋੜੀ ਹੋਰ ਵਧੀਆ ਹੋ ਸਕਦੀ ਸੀ ਜਿਸ ਮੂਵੀ ਵਿੱਚ ਦਿਲਜੀਤ ਹੋਵੇ ਉਸ ਦੀ ਉਮੀਦ ਥੋੜੀ ਵਧ ਜਾਂਦੀ ਹੈ ਕਿਉਂਕਿ ਉਹਨਾਂ ਦੀ ਮੂਵੀ ਦਾ ਇੰਤਜ਼ਾਰ ਇੰਤਜ਼ਾਰਤਾ ਰਹਿੰਦਾ ਹੀ ਹੈ ਤੇ ਨਾਲੇ ਇਹਨਾਂ ਦੀ ਪੰਜ ਲਾਈਨਾਂ ਤੇ ਇਹਨਾਂ ਤੇ ਨੀਰੂ ਬਾਜਵਾ ਦੀ ਕੈਮਿਸਟਰੀ ਵੀ ਕਮਾਲ ਹੈ ਨੀਰੂ ਤੇ ਦਿਲਜੀਤ ਦਾ ਹਰ ਜੱਟ ਐਂਡ ਜੂਲੀਆ ਸੀਰੀਜ਼ ਵਿੱਚ ਲੜਾਈ ਤੇ ਪਿਆਰ ਆਲੇ ਮਜ਼ੇਦਾਰ ਸੀਨ ਹਮੇਸ਼ਾ ਤੋਂ ਚੰਗੇ ਲੱਗਦੇ ਨੇ ਇਨ੍ਹਾਂ ਦੋਨਾਂ ਦੀ ਜੋੜੀ ਵਿੱਚ ਇੱਕ ਮੈਗਨੇਟਿਕ ਇਫੈਕਟ ਹੈ ਜੋ ਕਿ ਤੁਹਾਨੂੰ ਆਪਣੇ ਕੋਲ ਖਿੱਚ ਲੈਂਦਾ ਹੈ ਜੈਸਮਿਨ বাজਵਾ বাজਵਾ ਵੀ ਠੀਕ ਨੇ ਤੇ ਉਹਦੀ ਐਕਟਿੰਗ ਵੀ ਠੀਕ ਕਰ ਰਹੀ ਨੇ ਬੀ ਐਨ ਸ਼ਰਮਾ ਤੇ ਰਾਣਾ ਰਣਵੀਰ ਦੀ ਜੋੜੀ ਵੀ ਪਹਿਲੇ ਵਰਗੀ ਹੀ ਅਕਰਮ ਉਦਾਸ ਤੇ ਨਾਸਿਰ ਦਾ ਕੰਮ ਵੀ ਚੰਗਾ ਹੈ ਜਸਵਿੰਦਰ ਭੱਲਾ ਤਾਂ ਹਮੇਸ਼ਾ ਤੋਂ ਚੰਗੀ ਐਕਟਿੰਗ ਕਰ ਹੀ ਰਹੇ ਨੇ ਤੇ ਬਾਕੀ ਸਾਰੇ ਕਲਾਕਾਰ ਆਪਣੀ ਆਪਣੀ ਜਾਂਤੇ ਚੰਗਾ ਕੰਮ ਕਰ ਰਹੇ ਨੇ ਮੂਵੀ ਦਾ ਨੈਗੇਟਿਵ ਇਹ ਹੈ ਕਿ ਇਸ ਦਾ ਕਲਾਈਮੈਕਸ ਜਰਦਾ ਜਿਆਦਾ ਹੀ ਲੰਬਾ ਹੈ ਤੇ ਨਾਲੇ ਫਸਟ ਆ ਪੂਜਾ ਤੇ ਫਤੇ ਦੀ ਲਵ ਸਟੋਰੀ ਹੈ ਤੇ ਜਦੋਂ ਦੇਜ਼ੀ ਵਾਲਾ ਪਾਰਟ ਜੁੜਦਾ ਹੈ ਤੇ ਮੂਵੀ ਮਜ਼ੇਦਾਰ ਹੋ ਜਾਂਦੀ ਹੈ ਜੱਟ ਐਂਡ ਜੂਲੀਅਟ 3 ਵਿੱਚ ਬਹੁਤ ਸਾਰੇ ਮੁੱਦੇ ਜੁੜ ਜਾਂਦੇ ਨੇ ਜਿਵੇਂ ਕਿ ਪੰਜਾਬ ਦੀ ਸਥਿਤੀ ਬੇਰੋਜ਼ਗਾਰੀ ਰਿਸ਼ਵਤਖੋਰੀ ਤੇ ਨਾਲੇ ਪੰਜਾਬੀ ਦੇਸ਼ ਤੋਂ ਬਾਹਰ ਕਿਉਂ ਜਾਣਾ ਚਾਹੁੰਦੇ ਨੇ ਇਨਾ ਸਭ ਨੂੰ ਮੂਵੀ ਵਿੱਚ ਬੜੇ ਹਲਕੇ ਪੁਲਕੇ ਢੰਗ ਨਾਲ ਵਿਖਾਇਆ ਹੈ ਜੈਟ ਐਂਡ ਜੂਲੀਅਟ ਦੀ ਯੂਐਸਪੀ ਇਸਦੀ ਕਾਮੇਡੀ ਤੇ ਨਾਲੇ ਦਲਜੀਤ ਤੇ ਨੀਰੂਦੀ ਕੈਮਿਸਟਰੀ ਵੀ ਹੈ ਤੇ ਇਨਾ ਸਾਰਾ ਚੀਜ਼ਾਂ ਨੂੰ ਤੁਸੀਂ ਵੀ ਇੰਜੋਏ ਕਰੋ ਜੈਟ ਐਂਡ ਜੂਲੀਅਟ 3 ਵਿੱਚ ਸਾਰੇ ਪਰਿਵਾਰ ਦੇ ਨਾਲ